ਸਤਿ ਸ਼੍ਰੀ ਅਕਾਲ, ਪ੍ਰਾਈਮ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਮੈਂ ਤੁਹਾਡੇ ਨਾਲ ਮਨਪ੍ਰੀਤ, ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਇਸ ਵੇਲੇ ਸਟੂਡੀਓ ਵਿੱਚ ਮੌਜੂਦ ਨੇ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ। ਚਰਚਾ ਇਹ ਛਿੜੀ ਹੋਈ ਹੈ ਕਿ ਕਾਂਗਰਸ ਅਤੇ ਆਪ ਦੇ ਵਿੱਚ ਗੱਠਜੋੜ ਹੋ ਚੁੱਕਾ ਹੈ। ਕੈਪਟਨ ਸਾਹਿਬ ਦੇ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਾਈਕਮਾਂਡ ਨੂੰ ਪਤਾ ਹੋਵੇਗਾ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਮਨਪ੍ਰੀਤ ਜੀ, ਜਿਹੜੀ ਆਮ ਆਦਮੀ ਪਾਰਟੀ ਹੈ ਇਹ ਜਦੋਂ ਤੁਰੀ ਜੀ ਤਾਂ ਇੱਥੋਂ ਤੁਰੀ ਸੀ ਕਿ ਸਾਡੇ ਵਰਗਾ ਕੋਈ ਨਹੀਂ ਅਤੇ ਕਿਸੇ ਵਰਗੇ ਅਸੀਂ ਨਹੀਂ ਜੀ, ਅਸੀਂ ਸਾਰਾ ਹੀ ਸੈਟਅਪ ਨਵਾਂ ਰੱਖਣਾ। ਕਿਸੇ ਪਾਰਟੀ ਦਾ ਕੱਢਿਆ ਜਾਂ ਕਿਸੇ ਪਾਰਟੀ ਨੂੰ ਛੱਡ ਕੇ ਆਇਆ ਜੀ ਕੋਈ ਲੀਡਰ ਆਪਣੇ ਵਿੱਚ ਨਹੀਂ ਲੈਣਾ। ਅਸੀਂ ਇਸ ਗੱਲ ਦਾ ਵੀ ਖਿਆਲ ਰੱਖਣਾ ਕਿ ਕਿਸੇ ਪਾਰਟੀ ਦਾ ਪਰਛਾਵਾਂ ਸਾਡੇ 'ਤੇ ਨਾ ਪਵੇ। ਸਾਡਾ ਤਾਂ ਰੂਪ ਰੰਗ ਸਭ ਕੁਝ ਵੱਖਰਾ ਹੀ ਹੋਵੇਗਾ ਜੀ, ਸਾਡੀ ਰਾਜਨੀਤੀ ਵੱਖਰੀ ਹੋਵੇਗੀ। ਸਮਾਂ ਪਾ ਕੇ ਹੌਲੀ ਹੌਲੀ ਇਹਨੇ ਉਹ ਕੁਝ ਕਰਤਾ ਜਿਹੜੀ ਗੱਲ 2 ਸਾਲ ਪਹਿਲਾਂ ਮੈਂ ਕਹੀ ਸੀ ਕਿ ਆਮ ਆਦਮੀ ਪਾਰਟੀ ਹੌਲੀ ਹੌਲੀ ਆਮ ਪਾਰਟੀਆਂ ਵਰਗੀ ਪਾਰਟੀ ਬਣਦੀ ਜਾਂਦੀ ਹੈ ਜੀ, ਹੁਣ ਬਣ ਚੁੱਕੀ ਹੈ। ਜਦੋਂ ਇਹ ਤੁਰੇ ਸੀ ਕਹਿੰਦੇ ਸੀ ਦੂਸਰੀਆਂ ਪਾਰਟੀਆਂ ਨਾਲ ਮਿਲਣਾ, ਕੀ ਦੂਸਰੀਆਂ ਪਾਰਟੀਆਂ 'ਚੋਂ ਆਏ ਲੋਕ ਵੀ ਨਹੀਂ ਲੈਣੇ ਜੀ। ਪਹਿਲੀਆਂ ਟਿਕਟਾਂ ਦਿੱਲੀ 'ਚ ਵੰਡੀਆਂ, ਇੱਕ ਕੌਂਸਲਰ ਨੂੰ ਟਿਕਟ ਦੇ ਦਿੱਤੀ ਜਿਹੜਾ ਕਿਸੇ ਪਾਰਟੀ ਵੱਲੋਂ ਜਿੱਤਿਆ ਹੋਇਆ ਸੀ। ਕਹਿੰਦੇ ਜੀ ਉਹ ਪਾਰਟੀ ਦਾ ਤਾਂ ਐਵੇਂ ਨਾ ਹੀ, ਅਸਲ 'ਚ ਆਪਣੇ ਸਿਰ 'ਤੇ ਜਿੱਤਿਆ ਸੀ, ਬੰਦਾ ਇਮਾਨਦਾਰ ਇੱਧਰ ਆ ਗਿਆ ਜਿੱਤ ਗਿਆ ਜੀ। ਫਿਰ ਇਹਨਾਂ ਨੇ ਯੂਥ ਕਾਂਗਰਸ ਦੀ ਲੀਡਰ ਅਲਕਾ ਲਾਂਬਾ ਨੂੰ ਟਿਕਟ ਦੇ ਦਿੱਤੀ ਜੀ। ਕਹਿੰਦੇ ਜੀ ਕਾਂਗਰਸ ਵਿੱਚ ਮਿਸਫਿੱਟ ਸੀਗੀ, ਸਾਡੇ 'ਚ ਆ ਗਈ ਆ। ਚੰਗੀ ਗੱਲ ਹੈ, ਇਹਨਾਂ 'ਚ ਆਉਣ ਤੋਂ ਬਾਅਦ ਅਜੇ ਤੱਕ ਅਲਕਾ ਲਾਂਬਾ ਇਹਨਾਂ ਵਿੱਚ ਟਿਕੀ ਹੋਈ ਆ। ਬਾਅਦ ਵਿੱਚ ਉਹਨੇ ਕੋਈ ਇਸ ਤਰ੍ਹਾਂ ਦਾ ਛੜੱਪਾ ਨਹੀਂ ਮਾਰਿਆ ਕਿ ਦੂਜੀ ਪਾਰਟੀ ਵੱਲ ਜਾਵੇ ਜੀ। ਇਹ ਪੰਜਾਬ ਵੱਲ ਆਏ, ਇੱਥੇ ਇਹਨਾਂ ਨੇ ਖੜ੍ਹੇ ਪੈਰ ਹੀ 3-4 ਬੰਦੇ ਇਹੋ ਜਿਹੇ ਨਾਲ ਲਾ ਲਏ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਆਏ ਸੀ। ਮੁਆਫ ਕਰਨਾ, ਸੁਖਪਾਲ ਸਿੰਘ ਖਹਿਰਾ, ਉਹਦੇ ਉੱਤੇ ਦੋਸ਼ ਕੋਈ ਕਰੈਕਟਰ ਵਗੈਰਾ ਦਾ, ਕੋਈ ਕਰਪਸ਼ਨ ਦਾ, ਕਿਸੇ ਕਿਸਮ ਦਾ ਨਹੀਂ ਲੱਗਦਾ। ਪਰ ਇਹ ਤਾਂ ਗੱਲ ਸੱਚੀ ਹੈ ਕਿ ਉਹ ਕਾਂਗਰਸ ਵੱਲੋਂ ਇੱਕ ਚੋਣ ਲੜ ਕੇ ਹਾਰਿਆ ਸੀ ਅਤੇ ਇੱਕ ਚੋਣ ਲੜ ਕੇ ਜਿੱਤਿਆ ਹੋਇਆ ਸੀ ਜੀ। ਸ਼ਾਇਦ 2 ਚੋਣਾਂ ਹਾਰਿਆ ਅਤੇ ਇੱਕ ਜਿੱਤਿਆ ਸੀ ਜਦੋਂ ਇਹਨਾਂ ਨੂੰ ਆਪਣੇ ਨਾਲ ਲਾਇਆ। ਸੁਨਾਮ ਤੋਂ ਇੱਕ ਮੁੰਡਾ ਆਪਣੇ ਨਾਲ ਲਾ ਲਿਆ ਜਿਹਦਾ ਪਿਓ ਵੀ ਕਾਂਗਰਸੀ ਸੀ, ਆਪ ਵੀ ਕਾਂਗਰਸ ਵੱਲੋਂ ਚੋਣ ਲੜੀ ਹੋਈ ਸੀ। ਕੁਝ ਹੋਰ ਲੋਕ ਵੀ ਲਾਉਣੇ ਸ਼ੁਰੂ ਕਰ ਦਿੱਤੇ। ਅਸੀਂ ਆਖਿਆ ਕੋਈ ਨਹੀਂ, ਅਜੇ ਵੀ ਸ਼ੁਰੂਆਤ ਹੈ, ਸਮਾਂ ਪੈਣ ਦਿਓ। ਫਿਰ ਸਮੇਂ ਦੇ ਨਾਲ ਨਾਲ ਇੱਥੇ ਪਹੁੰਚ ਗਏ ਕਿ ਨਿਤੀਸ਼ ਕੁਮਾਰ ਨੇ ਅਤੇ ਲਾਲੂ ਪ੍ਰਸਾਦ ਨੇ ਗੱਠਜੋੜ ਕੀਤਾ ਕਾਂਗਰਸ ਦੇ ਨਾਲ, ਉਹ ਜਿੱਤ ਗਏ, ਭਾਜਪਾ ਹਾਰ ਗਈ ਜਦੋਂ ਉਹਨਾਂ ਸਹੁੰ ਚੁੱਕਣੀ ਸੀ। ਅਤੇ ਉਹਨਾਂ ਨੇ ਸਾਰੇ ਭਾਜਪਾ ਵਿਰੋਧੀ ਮੁੱਖ ਮੰਤਰੀ ਉੱਥੇ ਸੱਦ ਲਏ, ਇਹ ਵੀ ਚਲੇ ਗਏ। ਸਟੇਜ ਦੇ ਉੱਤੇ ਲੋਕਾਂ ਨੇ ਬੜੀ ਹੈਰਾਨੀ ਨਾਲ ਵੇਖਿਆ ਕਿ ਲਾਲੂ ਪ੍ਰਸਾਦ ਯਾਦਵ ਨੂੰ ਇਹ ਤਾਂ ਕਰਪਟ ਕਹਿੰਦਾ ਹੁੰਦਾ ਸੀ ਕੇਜਰੀਵਾਲ, ਅਤੇ ਕੇਜਰੀਵਾਲ ਅਤੇ ਲਾਲੂ ਪ੍ਰਸਾਦ ਯਾਦਵ ਦੋਵੇਂ ਜੱਫੀ ਪਾ ਕੇ ਮਿਲਦੇ ਪਏ। ਅਤੇ ਸਪਸ਼ਟੀਕਰਨ ਕੇਜਰੀਵਾਲ ਨੇ ਇਹ ਦਿੱਤਾ ਕਿ ਮੈਂ ਤਾਂ ਖੜ੍ਹਾ ਸਾਂ, ਲਾਲੂ ਪ੍ਰਸਾਦ ਨੇ ਆ ਕੇ ਜੱਫੀ ਪਾ ਲਈ, ਮੈਂ ਹੁਣ ਕਿੱਥੇ ਹਟ ਜਾਂਦਾ। ਅਸੀਂ ਉਹ ਵੀ ਇਹਦਾ ਸਪਸ਼ਟੀਕਰਨ ਮੰਨ ਲਿਆ। ਇੱਕ ਹੋਰ ਸਮਾਂ ਆਇਆ, ਕਰਨਾਟਕਾ ਦੇ ਵਿੱਚ ਚਲੇ ਗਏ ਜੀ। ਕੁਮਾਰਾ ਸਵਾਮੀ ਨੇ ਸਹੁੰ ਚੁੱਕਣੀ ਸੀ, ਉੱਥੇ ਸਾਰੇ ਕਾਂਗਰਸ ਵਾਲੇ ਵੀ ਆ। ਹੌਲੀ 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 ਪਾਰਟੀ ਉਸ ਪਾਸੇ ਚੱਲਦੀ ਪਈ। ਸ਼ਾਹਕੋਟ ਦੀ ਉਪ ਚੋਣ ਲੰਘ ਗਈ ਜੀ, ਉਹਦੇ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਅਤੇ ਅਕਾਲੀ ਦਲ ਹਾਰ ਗਿਆ। ਹਾਰ ਗਿਆ ਕਿ ਅਕਾਲੀ ਦਲ ਰੁੜ ਗਿਆ। ਰੁੜ ਇਸ ਕਰਕੇ ਗਿਆ ਕਿ ਸ਼ਾਇਦ ਇਤਿਹਾਸ 'ਚ ਪਹਿਲਾ ਮੌਕਾ ਹੋਵੇ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੇ ਪਿੰਡ 'ਚੋਂ ਵੀ ਵੱਧ ਵੋਟਾਂ ਨਹੀਂ ਪਈਆਂ, ਉੱਥੇ ਵੀ 100 ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਇਹਦਾ ਮਤਲਬ ਉਸ ਬੰਦੇ ਨੂੰ MLA ਬਣਾਉਣ ਲੱਗੇ ਸੀ ਜਿਹਨੂੰ ਲੋਕ ਪਿੰਡ ਦਾ ਸਰਪੰਚ ਮੰਨਣ ਨੂੰ ਵੀ ਤਿਆਰ ਨਹੀਂ। ਆਪਣੇ ਪਿੰਡ 'ਚੋਂ ਵੀ ਸਰਪੰਚ ਤਾਂ ਤਾਂ ਬਣਦਾ ਜੇ ਬਹੁਤ ਸਮਤੀ ਵੋਟਾਂ ਲਵੇ ਜੀ ਜੀ। ਅਕਾਲੀ ਤਾਂ ਉੱਥੇ ਰੁੜ ਗਏ ਜੀ। ਆਮ ਆਦਮੀ ਪਾਰਟੀ ਜਿਹਨੇ ਪਿਛਲੀ ਵਾਰੀ 41,000 ਵੋਟਾਂ ਲਈਆਂ ਸੀ, ਇਸ ਵਾਰੀ 4100 ਵੀ ਨਹੀਂ, ਸਿਰਫ 1900 ਵੋਟਾਂ 'ਤੇ ਆ ਗਈ। ਇਹਦੇ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪੰਜਾਬ 'ਚ ਪੁੱਛਿਆ ਜਾ ਰਿਹਾ ਸੀ ਤੁਹਾਡਾ ਭਵਿੱਖ ਕੀ ਆ ਜੀ, ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਸੋਚ ਰਿਹਾ। ਅਚਾਨਕ ਇੱਕ ਖਬਰ ਦਿੱਲੀ ਤੋਂ ਨਿਕਲ ਆਈ
कि उत्थे जी गल चलती पई है कि अगले साल दीआं चोणां जिहड़ियां होणगीआं पार्लीमेंट दीआं, उन्हां चोणां च भाजपा दे विरोध लई कांग्रेस पार्टी, आम आदमी पार्टी, सारे लोग इकट्ठे हो जाओ जी, ते शायद आप पार्टी दा ते कांग्रेस दा गठजोड़ हो जाए। इहदी अजे दिल्ली च चर्चा नहीं सी, पंजाब च पहलां हो गई। पंजाब दे विच सुखपाल सिंह खैरे नूं पुछया गया भी इकट्ठे हो सकदे आ, तो उन्हें आखिया कोई बड़ी गल नहीं जी, होंने तो हो सकते हैं, इस कड़ी गल है, चंगी गल है, भाजपा के खिलाफ जे इस तरह कोई मोर्चा बनता हो तो शामिल हो जाना चाहिए जी। तो जिहड़ा खहरा विरोधी ग्रुप है उन्होंने उस वेले कहता कि जे कांग्रेस नाल कोई समझौता किया असीं छड़ जांगे। एच एस फूलका जिहड़ा पिछले 34 सालों तो कांग्रेस के खिलाफ इंदिरा गांधी के कतल तो बाद हुए सिखां दे कतलेआम वाले केस लड़ता पिया, उन्हें कहा जी मैनूं समझौते दे चंगे माड़े का पता नहीं। पर एक गल सुन लो, जिस दिन तुसीं कांग्रेस नाल समझौता किया, सीटां दी वंड की, मैं उस दिन पार्टी छड़ जानी, मैं तो एम एल ए भी रख के खुश नहीं, पर अपने हल्के तक मैं उस दाखे हल्के तक सीमित है, मैं बाहर कितने जाता नहीं जी, ये भी छड़ देंगे, पर मैं कांग्रेस नाल समझौते च नहीं जा सकता। अजी इत्थों दीआं गल्लां चलदीआं पईआं सी, उन्ने चिर नूं दिल्ली दे विच्चों कांग्रेस पार्टी का प्रधान अजय माकन जी, उह सधारण बंदा नहीं, तीन वारियां दी शीला दीक्षित दी जिहड़ी सरकार हुंदी सी कांग्रेस दी, उह च दिल्ली मंत्री रह चुका जी, डॉक्टर मनमोहन सिंह दी सरकार विच केंद्रीय मंत्री रह चुका जी, अजकल उह दिल्ली दा प्रधान है जी। उन्हें बयान देता जी आम आदमी पार्टी नाल साडी किसे किस्म दी कोई गल नहीं चलदी पई, इस करके इस तरह का प्रचार बिल्कुल नहीं करना चाहिए, साडा कोई गठजोड़ नहीं हो रहा। इन्ने तो बाद तो गल रुक जानी चाहिए सी जी। फिर पंजाब च किसी ने पूछ लिया कैप्टन अमरिंदर सिंह नूं, हाँ जी तुसीं दसो कि आम आदमी पार्टी नाल जी अगले साल गठजुट होवे ते किदां दा रहेगा, तुसीं की करोगे जी? तो उहदा जवाब अगों बड़ा सिंपल सी, साडी नैशनल पार्टी, असीं कौमी पार्टियां वाले लोग सूबिआं च फैसले नहीं कर देंदे, साडी हाई कमांड जो फैसला करेगी असीं मान लेंगे, जिन्होंने करना होया तो कर लेंगे, नहीं करना ना करेंगे, पर जो भी करेगी हाई कमांड करेगी तो असीं उहनूं सिर्फ मन्नांगे जी। इस जवाब दे विच कई कुछ लुकिया, पहली गल तो इह च लुकी है कि कैप्टन अमरिंदर सिंह अपनी हाई कमांड दे हर हुक्म दे नाल बद्धा है, उन्हां नाल पार्टी नाल पूरी तरह एकमेक है, उहदे फैसलां शामिल है। दूजी गल इह कि जदों अजय माकन कह चुका कि साडी गल नहीं हुंदी पई, तो कैप्टन अमरिंदर सिंह भी यह गल कह सकदा सी, बड़ा रलवा गल ही नहीं हुंदी पई, आ सवाल कर लई तुसीं पुछदे आ, उहने इह गल नहीं आखी ते आखिया हाई कमांड करेगी जी, इहदा मतलब कि गल कितना कितें चलदी पई आ, जे कितें चंगाड़ी ना होवे ते धुआं नहीं तुकदा हुंदा जी, जे गल चलदी ना हुंदी ते कैप्टन अमरिंदर सिंह ने सवाल सुन के उहदे कहना सी सवाल पुछिया कहदे लई है, साडी तां कोई गल ही नहीं चलदी पई, पर जिहड़ा उहने इह कहता ना कि हाई कमांड करेगी, ਇਹ ਤੋਂ ਲੱਗਦਾ ਕਿ ਅੰਦਰੇ ਅੰਦਰ ਕੁਝ ਨਾ ਕੁਝ ਗੱਲ ਚੱਲਦੀ ਪਈ। ਬੜਾ ਗੋਲ ਮੋਲ ਜਿਹਾ ਜਵਾਬ ਦੇ ਦਿੱਤਾ ਉਹਨਾਂ ਨੇ। ਪਰ ਸਭ ਹੋਰ ਵੀ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਆਵਾਂਗੇ, ਪਰ ਉਸ ਤੋਂ ਪਹਿਲਾਂ ਰੁਕਾਂਗੇ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਥੋੜ੍ਹਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਰ ਸਭ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਦੋਸ਼ ਲੱਗਾ ਹੈ ਕਿ ਉਸ ਦੇ ਰਾਜ ਵਿੱਚ 60 ਲੱਖ ਨਕਲੀ ਵੋਟਰ ਬਣਾਏ ਗਏ ਨੇ। ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਭੇਜੀ ਗਈ ਹੈ, ਕਿੰਨੀ ਕੁ ਸੱਚਾਈ ਜਾਪਦੀ ਹੈ ਇਸ ਪੂਰੇ ਮਾਮਲੇ 'ਚ? ਦੇਖੋ, ਸੱਚਾਈ ਤਾਂ ਕੁਝ ਨਾ ਕੁਝ ਹੈ, ਐਡੀ ਵੱਡੀ ਗੱਲ ਆਖੀ ਜਾਵੇ ਜੀ, ਅਤੇ ਮੱਧ ਪ੍ਰਦੇਸ਼ ਦੀ ਸਰਕਾਰ ਨੇ ਇਹਦਾ ਖੰਡਨ ਮੰਡਨ ਕੁਛ ਕੀਤਾ ਹੀ ਨਹੀਂ, ਚੁੱਪ ਵੱਟ ਗਏ ਨੇ। ਇਹ ਬਹੁਤ ਵੱਡਾ ਘੁਟਾਲਾ, 60 ਲੱਖ ਵੋਟਰ ਜੀ, ਇੰਨੇ ਵੋਟਰ ਜੇ ਇਸ ਤਰ੍ਹਾਂ ਬਣਾਏ ਹੋਣ ਤਾਂ ਫਿਰ ਤਾਂ ਇਹਦਾ ਮਤਲਬ ਸਾਫ਼ ਹੈ ਕਿ ਉੱਥੇ ਜਿਹੜੀ 3 ਵਾਰੀਆਂ 'ਚ ਸਰਕਾਰ ਰਹਿ ਚੁੱਕੀ ਬੀਜੇਪੀ ਦੀ ਜੀ, ਚੌਥੀ ਵਾਰੀ ਚੋਣ ਨਹੀਂ ਜਿੱਤਣਾ ਚਾਹੁੰਦੀ, ਹੁੰਝਾ ਮਾਰਨਾ ਚਾਹੁੰਦੀ ਆ, ਚੋਣ ਲੜਨਾ ਹੋਰ ਗੱਲ ਹੁੰਦੀ ਆ, ਹੁੰਝ ਲੜਨਾ ਹੋਰ ਗੱਲ ਹੁੰਦੀ ਹੈ। ਜਦੋਂ 60 ਲੱਖ ਵੋਟਰ ਬਣ ਗਏ, ਇਹਦਾ ਮਤਲਬ ਕਿਸੇ ਹਲਕੇ 'ਚ 10 ਹਜ਼ਾਰ, ਕਿਸੇ 'ਚ 20 ਹਜ਼ਾਰ, ਕਿਸੇ 'ਤੇ 30 ਹਜ਼ਾਰ ਵੀ ਹੋਣਗੇ। ਕਾਂਗਰਸ ਪਾਰਟੀ ਨੇ ਜਿਹੜੀ ਲਿਸਟ ਜਾ ਕੇ ਪੇਸ਼ ਕੀਤੀ ਹੈ ਜੀ, ਉਹ ਲਿਸਟ ਉਹਨਾਂ ਨੇ ਚੋਣ ਕਮਿਸ਼ਨ ਤੋਂ ਲਈ ਹੈ, ਉਹ ਲਿਸਟ ਚੋਣ ਕਮਿਸ਼ਨ ਨੂੰ ਹੀ ਪੇਸ਼ ਕਰਕੇ ਆਖਿਆ ਜੀ ਇਹ ਤੁਹਾਡੀ ਦਿੱਤੀ ਲਿਸਟ ਹੈ, ਇਹਦੇ ਮੁਤਾਬਕ ਆਹ ਇੱਕ ਬੰਦਾ ਜਿਹਦੀ 2 ਹਲਕਿਆਂ 'ਚ ਵੋਟ ਆ, ਆਹ ਬੰਦਾ ਜਿਹਦੀ 3 ਹਲਕਿਆਂ 'ਚ ਵੋਟ ਆ, ਆਹ ਬੰਦਾ ਜਿਹਦੀ 8 ਹਲਕਿਆਂ 'ਚ ਵੋਟ ਹੈ, ਇੱਕ ਵੋਟਰ ਇਹੋ ਜਿਹਾ ਜਿਹਦੀ 15 ਵੱਖ-ਵੱਖ ਹਲਕਿਆਂ ਵਿੱਚ ਵੋਟ ਬਣੀ ਹੋਈ ਹੈ, ਇੱਕ ਦੌਂਕ ਜੀ 60 ਲੱਖ ਵੋਟਰ ਇਹੋ ਜਿਹੇ ਨਿਕਲੇ।
ਹੁਣ ਥੋੜ੍ਹਾ ਜਿਹਾ ਇਸ ਗੱਲ ਨੂੰ ਦੂਸਰੇ ਕੋ ਵੇਖੋ। ਇੱਕ ਮੌਕਾ ਸੀ ਇੱਥੇ ਜਦੋਂ ਪਰਚੀਆਂ ਅਜੇ ਇਲੈਕਟ੍ਰਾਨਿਕ ਮਸ਼ੀਨਾਂ ਨਹੀਂ ਸੀ ਆਈਆਂ, ਕੰਪਿਊਟਰ ਦਾ ਸਿਸਟਮ ਨਹੀਂ ਸੀ, ਪਰਚੀਆਂ ਬਣਦੀਆਂ ਸੀ ਉੱਥੇ ਜਾ ਕੇ ਵੋਟਰ ਲਿਸਟ ਨਾਲ ਮਿਲਾ ਕੇ ਅਤੇ ਲੋਕ ਵੋਟ ਪਾ ਕੇ ਆ ਜਾਂਦੇ ਸੀ। ਉਦੋਂ ਹੀ ਹੁੰਦਾ ਸੀ ਕਿ ਇੱਕ ਬੰਦੇ ਨੇ ਇੱਕ ਵੋਟ ਮੋਗੇ 'ਚ ਬਣਾਈ ਆ, ਦੂਸਰੀ ਲੁਧਿਆਣੇ 'ਚ ਬਣਾਈ ਆ, ਤੀਸਰੀ ਫਲੌਰ ਵਿੱਚ ਬਣਾ ਕੇ ਅਤੇ ਚੌਥੀ ਫਗਵਾੜੇ 'ਚ ਬਣਾ ਦਿੰਦਾ। ਚਾਰ ਜ਼ਿਲ੍ਹੇ ਹੋ ਜਾਂਦੇ ਸੀ, ਫਲੌਰ ਜਲੰਧਰ ਦਾ ਹੋ ਗਿਆ, ਫਗਵਾੜਾ ਕਪੂਰਥਲੇ ਦਾ ਹੋ ਗਿਆ, ਲੁਧਿਆਣਾ ਅਤੇ ਮੋਗਾ। ਹੁਣ ਸਥਿਤੀ ਬੜੀ ਵੱਖਰੀ ਆ। ਉਦੋਂ ਇੱਕ ਹਲਕੇ ਦੀ ਵੋਟ ਦਾ ਦੂਸਰੇ ਹਲਕੇ ਵਾਲਿਆਂ ਨੂੰ ਪਤਾ ਨਹੀਂ ਸੀ ਲੱਗਦਾ ਜਦ ਤੱਕ ਕੋਈ ਸ਼ਿਕਾਇਤ ਨਾ ਕਰੇ। ਅਕਾਲੀ ਭਾਜਪਾ ਸਰਕਾਰ ਵੇਲੇ ਇੱਕ ਮੰਤਰੀ ਹੁੰਦਾ ਸੀ ਲੋਕਲ ਬਾਡੀਜ਼ ਦਾ, ਜੀ ਉਹਦੇ ਉੱਤੇ ਸ਼ਿਕਾਇਤ ਹੋ ਗਈ ਸੀ ਕਿ ਉਹਨੇ ਆਪਣੇ ਪਰਿਵਾਰ ਦੀਆਂ ਵੋਟਾਂ ਤਿੰਨ ਥਾਵਾਂ 'ਤੇ ਬਣਾਈਆਂ, ਤਰਨ ਤਾਰਨ ਜਿੱਥੋਂ ਆਇਆ ਉੱਥੇ ਵੋਟਾਂ ਬਣੀਆਂ ਨੇ, ਅੰਮ੍ਰਿਤਸਰ ਸ਼ਹਿਰ 'ਚ ਆ ਕੇ ਜਿਹੜੇ ਕਿਰਾਏ ਦੇ ਮਕਾਨ 'ਤੇ ਰਿਹਾ ਉੱਥੇ ਵੋਟਾਂ ਬਣੀਆਂ ਨੇ, ਅਤੇ ਜਿਹੜਾ ਮਕਾਨ ਖਰੀਦ ਕੇ ਰਹਿਣ ਲੱਗ ਪਏ ਉੱਥੇ ਵੋਟਾਂ ਬਣੀਆਂ, ਤਿੰਨੀ ਥਾਈ ਨੇ ਜੀ। ਇਹ ਉਦੋਂ ਹੋ ਸਕਦੀਆਂ ਸੀ, ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ। ਹਰਿਆਣੇ ਦੀ ਸਰਕਾਰ ਨੇ ਸਾਰਿਆਂ ਨੂੰ ਆਖਿਆ ਕਿ ਆਪਣੇ ਪੀਲੇ ਕਾਰਡ, ਨੀਲੇ ਕਾਰਡ, ਜੋ ਵੀ ਗਰੀਬੀ ਵਾਲੇ ਕਾਰਡ ਹੈ, ਪੈਨਸ਼ਨ ਕਾਰਡ ਨੇ, ਇਹਨਾਂ ਦੇ ਨਾਲ ਆਧਾਰ ਕਾਰਡ ਜਿਹੜਾ ਉਹ ਜੋੜ ਦਿਓ। ਆਧਾਰ ਕਾਰਡ ਜੋੜਿਆ, ਉਹਦੇ ਤੋਂ ਫਿੰਗਰਪ੍ਰਿੰਟਸ ਪਤਾ ਕੀਤੇ ਗਏ। 3,42,000 ਪੈਨਸ਼ਨਾਂ ਹਰਿਆਣੇ 'ਚ ਜਾਅਲੀ ਨਿਕਲੀਆਂ। ਇਹਨਾਂ 3,42,000 ਜਾਅਲੀ ਪੈਨਸ਼ਨਾਂ ਨੂੰ ਮੱਧ ਪ੍ਰਦੇਸ਼ ਦੀਆਂ 60,00,000 ਜਾਅਲੀ ਵੋਟਾਂ ਨਾਲ ਇਸ ਕਰਕੇ ਜੋੜਿਆ ਜਾ ਸਕਦਾ ਕਿ ਹਰਿਆਣੇ ਵਾਲਿਆਂ ਦੀਆਂ ਫੜੀਆਂ ਕਿੱਦਾਂ ਸੀ ਜੀ। ਜਦੋਂ ਕੰਪਿਊਟਰ ਵਿੱਚ ਪਾਈਆਂ ਤਾਂ ਕੰਪਿਊਟਰ ਉਸ ਵੇਲੇ ਦੱਸਣ ਲੱਗ ਪਿਆ ਕਿ ਆ ਜਿਹੜਾ ਫਲਾਨਾ ਬੰਦਾ ਪੈਨਸ਼ਨਰ ਹੈ ਤੁਹਾਡਾ, ਇਹ ਰੋਹਤਕ ਦੇ ਵਿੱਚ ਵੀ ਪੈਨਸ਼ਨ ਲਈ ਜਾਂਦਾ, ਇਹ ਯਮੁਨਾਨਗਰ 'ਚ ਵੀ ਜਾ ਕੇ ਪੈਨਸ਼ਨ ਲਈ ਜਾਂਦਾ, ਇਹ ਅੰਬਾਲੇ ਵਿੱਚ ਵੀ ਲਈ ਜਾਂਦਾ, ਇਹ ਕਰਨਾਲ ਵਿੱਚ ਵੀ ਲਈ ਜਾਂਦਾ। ਬੇੜਾ ਤਰਜੇ, ਇਹ ਤਾਂ ਆਇਆ ਸੀਗਾ ਯੂਪੀ ਦੇ ਵਿੱਚੋਂ, ਉੱਥੇ ਮੁਜ਼ੱਫਰਨਗਰ 'ਚ ਵੀ ਪੈਨਸ਼ਨ ਲਈ ਜਾਂਦਾ, ਅਤੇ ਇੱਕ ਪੈਨਸ਼ਨਰ ਨੇ ਬਿਹਾਰ ਵਿੱਚ ਵੀ ਲਵਾਈ ਹੈ, ਇੱਕ ਇੱਕ ਬੰਦੇ ਨੇ 6-6 ਪੈਨਸ਼ਨਾਂ ਲਵਾਈਆਂ ਸਨ। ਇਹ ਸੰਭਵ ਕਿੱਦਾਂ ਪੰਨੂ ਸਾਹਿਬ? ਲਵਾਈ ਜਾਂਦੇ ਸੀ, ਕਿਸੇ ਨੂੰ ਪਤਾ ਨਹੀਂ ਲੱਗਦਾ, ਉੱਥੇ ਤਸਦੀਕ ਕਰਾਉਂਦੇ ਸੀ ਮੈਂ ਰਹਿੰਦੇ ਹੀ ਇੱਥੇ ਜੀ, ਪਰ ਜਦੋਂ ਕੰਪਿਊਟਰ 'ਤੇ ਚੜ੍ਹੇ ਅਤੇ ਆਧਾਰ ਕਾਰਡ ਦੱਸਿਆ ਅਤੇ ਆਧਾਰ ਕਾਰਡ ਨੇ ਇਹ ਦੱਸਤਾ ਕਿ ਮੇਰੀ ਐਂਟਰੀ ਵੇਖੋ ਜੀ ਕਰਨਾਲੇ ਵੀ ਹੈਗੀ ਜੇ, ਮੇਰੀ ਐਂਟਰੀ ਅੰਬਾਲੇ ਵੀ ਜੇ, ਮੇਰੀ ਐਂਟਰੀ ਯਮੁਨਾਨਗਰ ਵੀ ਜੇ, ਮੇਰੀ ਐਂਟਰੀ ਰੋਹਤਕ ਵੀ ਜੇ, ਮੇਰੀ ਐਂਟਰੀ ਮੁਜ਼ੱਫਰਨਗਰ ਵੀ ਜੇ, ਮੇਰੀ ਐਂਟਰੀ ਪਟਨਾ ਵੀ ਜੇ। ਆਧਾਰ ਕਾਰਡ ਤਾਂ ਸਾਰੇ ਦੇਸ਼ ਵਿੱਚ ਕੋਈ ਚੱਲਦਾ, ਉਸ ਆਧਾਰ ਕਾਰਡ ਨੇ ਕੰਪਿਊਟਰ ਨੂੰ ਕਹਿ ਤਾ ਜੀ ਮੇਰੀ ਐਂਟਰੀ ਤਾਂ 6 ਥਾਵਾਂ 'ਤੇ ਆ, ਅਤੇ ਬਾਕੀ 5 ਪੈਨਸ਼ਨਾਂ ਕੱਟੀਆਂ ਗਏ, ਇੱਕੋ ਰਹਿ ਗਈ ਜੀ। ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼ ਦੇ ਵਿੱਚ ਵੀ ਜਦੋਂ ਆਧਾਰ ਕਾਰਡ ਅਤੇ ਦੂਸਰੇ ਲਿੰਕ ਕਰਕੇ ਵੋਟਾਂ ਬਣਾਈਆਂ ਗਈਆਂ ਨੇ, ਉਹਦੇ 'ਚ ਕੰਪਿਊਟਰ ਨੇ ਕਹਿ ਤਾ ਕਿ ਇਹੋ ਹੀ ਟੇਕ ਚੰਦ ਪੁੱਤਰ ਦੀਨਾਨਾਥ, ਇਹਦਾ ਜਿਹੜੀ ਜਨਮ ਦੀ ਤਰੀਕ ਹੈ ਉਹ ਸਾਲ 1960 ਜੀ, ਮਹੀਨਾ ਸਤੰਬਰ ਦਾ ਕਹਿਤਾ ਜਾਂ ਨਵੰਬਰ ਦਾ ਕਹਿਤਾ ਜਾਂ ਮਾਰਚ ਦਾ ਕਹਿਤਾ, ਇਹ ਆਖਿਆ ਜੀ ਇਹੋ ਹੀ ਮਹੀਨਾ, ਇਹੋ ਹੀ ਸਾਲ, ਇਹੋ ਹੀ ਬੰਦਾ, ਇਹੋ ਹੀ ਬਾਪ ਦਾ ਨਾਂ, ਇਹ ਫਲਾਣੇ ਹਲਕੇ 'ਚ ਵੀ ਆ, ਫਲਾਣੇ 'ਚ ਵੀ ਆ, ਫਲਾਣੇ 'ਚ ਵੀ ਆ, ਫਲਾਣੇ 'ਚ ਵੀ। ਜਦੋਂ ਸਾਰਾ ਕੁਝ ਰਲ ਗਿਆ, ਫਿੰਗਰਪ੍ਰਿੰਟਸ ਵੀ ਰਲ ਗਏ ਜੀ, ਫੋਟੋ ਵੀ ਰਲ ਗਈ, ਉਹ ਤੋਂ ਪਤਾ ਲੱਗਿਆ ਕਿ ਜਾਅਲੀ ਹੈ। ਕਾਂਗਰਸ ਪਾਰਟੀ ਵਾਲਿਆਂ ਨੇ ਕੰਪਿਊਟਰ ਦੇ ਉੱਤੇ ਪਾ ਕੇ ਜੇ 60,00,000 ਵੋਟਾਂ ਲੱਭ ਲਈਆਂ ਨੇ, ਮੱਧ ਪ੍ਰਦੇਸ਼ ਦੀ ਸਰਕਾਰ ਉਹਨੇ ਲੱਭਦੀਆਂ, ਪਰ ਨਹੀਂ ਲੱਭਦੀਆਂ, ਉਹਦਾ ਕਾਰਨ ਕੀ ਆ? ਭਾਜਪਾ ਦੀ ਸਰਕਾਰ ਨਹੀਂ, ਇਸ ਕਰਕੇ ਨਹੀਂ ਕਿ ਭਾਜਪਾ ਦੀ ਸਰਕਾਰ, ਇਸ ਕਰਕੇ ਕਿ ਭਾਜਪਾ ਵਾਲਿਆਂ ਵਿੱਚੋਂ ਵੀ ਸਭ ਤੋਂ ਤਿੱਖੀ ਸਰਕਾਰ ਹੈ। ਅੱਜ ਤੱਕ ਦਾ ਨੌਕਰੀਆਂ ਦਾ ਸਭ ਤੋਂ ਵੱਡਾ ਘੁਟਾਲਾ ਜੇ ਕਿਸੇ ਥਾਂ 'ਤੇ ਹੋਇਆ ਤਾਂ ਮੱਧ ਪ੍ਰਦੇਸ਼ 'ਚ ਹੋਇਆ, ਅਤੇ ਉਸ ਘੁਟਾਲੇ ਦਾ ਨਾਂ ਤੁਹਾਨੂੰ ਚੇਤਾ ਭੁੱਲ ਗਿਆ ਹੋਵੇਗਾ, ਉਹਨੂੰ ਕਹਿੰਦੇ ਸੀ ਵਿਆਪਮ ਘੁਟਾਲਾ ਜੀ। ਵਿਆਪਮ ਦਾ ਘੁਟਾਲਾ ਕੀ ਸੀ? ਕਿ ਅਸਲੀ ਬੰਦੇ ਜਿਹੜੇ ਸੀ ਉਹ ਰਹਿਣ ਦਿੱਤੇ, ਨਕਲੀ ਦਰਖਾਸਤਾਂ ਭਰਤੀ ਕਰ ਲਈਆਂ ਜੀ, ਉਹਨਾਂ ਨਕਲੀ ਦਰਖਾਸਤਾਂ ਉੱਤੇ ਰਲਦੇ ਮਿਲਦੇ ਨਾਵਾਂ ਵਾਲੇ ਬੰਦੇ ਸੌਦਾ ਮਾਰ ਮਾਰ ਕੇ ਅਤੇ ਨੌਕਰੀਆਂ ਦੇ ਦਿੱਤੀਆਂ। ਕਿਸੇ ਨੇ ਜਾ ਕੇ ਸ਼ਿਕਾਇਤ ਕਰਤੀ ਜੀ, ਥੋੜ੍ਹੇ ਦਿਨਾਂ ਬਾਅਦ ਜਿਹੜਾ ਸ਼ਿਕਾਇਤ ਕਰਤਾ ਸੀ ਉਹਦਾ ਕਤਲ ਹੋ ਗਿਆ। ਇਹ ਸੋਚਿਆ ਗਿਆ ਕਿ ਇਹਨੇ ਕਰਤਾ ਹੋਵੇਗਾ ਜੀ। ਕੁਝ ਦਿਨਾਂ ਬਾਅਦ ਜਿਹੜਾ ਸ਼ਿਕਾਇਤ ਦੀ ਪੜਤਾਲ ਕਰਨ ਵਾਲਾ ਅਫਸਰ ਸੀ ਉਹਦਾ ਐਕਸੀਡੈਂਟ ਹੋ ਗਿਆ। ਸੋਚਿਆ ਸਧਾਰਨ ਐਕਸੀਡੈਂਟ ਹੋ ਗਿਆ ਹੋਵੇਗਾ, ਫਿਰ ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਇਹ ਸ਼ਿਕਾਇਤ ਦੇ ਵਿੱਚ ਜਿਹੜੇ ਬੰਦੇ ਦਾ ਨਾਂ ਲਿਆ ਗਿਆ ਕਿ ਉਹਨੂੰ ਝੂਠੀ ਨੌਕਰੀ ਮਿਲੀ ਆ, ਉਹ ਪਤਾ ਨਹੀਂ ਉਹਦੇ ਮਨ 'ਚ ਕੀ ਆਈ, ਜਾ ਕੇ ਉਹਨੇ ਗੱਡੀ ਥੱਲੇ ਸਿਰ ਦੇ ਕੇ ਖੁਦਕੁਸ਼ੀ ਕਰ ਗਿਆ। ਫਿਰ ਪਤਾ ਲੱਗਾ ਕਿ ਇਸ ਕੇਸ 'ਚ ਜਿਹੜੇ ਗਵਾਹ 2 ਸੀ ਜੀ, ਉਹਨਾਂ 'ਚੋਂ ਇੱਕ ਤੁਰਿਆ ਜਾਂਦਾ ਸੀ ਅਤੇ ਪਿੱਛੋਂ ਕੋਈ ਟਰੱਕ ਉਹਨੂੰ ਮਿਧ ਕੇ ਲੰਘ ਗਿਆ, ਇੱਕ ਹੋਰ ਸੀ ਉਹ ਇੱਕ ਥਾਂ ਦੇ ਉੱਤੇ ਕਿਸੇ ਨੇ ਧੱਕਾ ਦੇ ਦਿੱਤਾ, ਖੜ੍ਹ 'ਚ ਡਿੱਗ ਕੇ ਮਰ ਗਿਆ। ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਵਿਆਪਮ ਦੇ ਘੁਟਾਲੇ 'ਚ ਅੱਗੜ ਪਿੱਛੜ ਮੌਤਾਂ ਆਉਣ ਲੱਗ ਪਈਆਂ, ਸ਼ਿਕਾਇਤ ਕਰਨ ਵਾਲੇ ਮਰ ਗਏ, ਪੜਤਾਲ ਕਰਨ ਵਾਲੇ ਮਰ ਗਏ, ਗਵਾਹ ਮਰ ਗਏ ਜਿਨ੍ਹਾਂ ਦੇ ਖਿਲਾਫ਼ ਸ਼ਿਕਾਇਤ, ਉਹ ਮਰ ਗਏ, ਇੱਕ ਬੰਦਾ ਜੇਲ੍ਹ ਵਿੱਚ ਮਰਿਆ, ਯਾਨੀ ਕਿ ਸਾਰੇ ਕਤਲ ਸੀ। ਇਹ ਸਾਰੇ ਅਸਲ ਵਿੱਚ ਸਾਰੇ ਕਤਲ ਸਨ, ਵਿਆਪਮ ਘੁਟਾਲਾ ਰੋਕਣ ਵਾਸਤੇ ਕਤਲ ਸਨ, ਕਿਉਂਕਿ ਉਸ ਘੁਟਾਲੇ ਵਾਸਤੇ ਫੋਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਘਰੋਂ ਵੀ ਹੁੰਦੇ ਰਹੇ ਸੀ,
ਗਵਰਨਰ ਦੀ ਕੋਠੀ ਤੋਂ ਵੀ ਹੁੰਦੇ ਰਿਹਾ ਸੀ, ਇਹਦਾ ਰੌਲਾ ਬਹੁਤ ਪਿਆ ਸੀ। ਉਦੋਂ ਫਿਰ ਸੁਪਰੀਮ ਕੋਰਟ ਨੇ ਆਖਿਆ ਕਿ ਹੁਣ ਤੱਕ 49 ਕਤਲ ਹੋ ਗਏ ਆ ਜੀ ਇਸ ਵਿਆਪਕ ਘੁਟਾਲੇ 'ਚ, ਅਸੀਂ 50 ਕਤਲ ਨਹੀਂ ਹੋਣ ਦੇਣਾ। ਅੱਜ ਤੋਂ ਬਾਅਦ ਜੇ ਕੋਈ ਕਤਲ ਹੋ ਗਿਆ ਤਾਂ ਅਸੀਂ ਵੇਖਾਂਗੇ ਸਰਕਾਰ ਕਿੱਦਾਂ ਚੱਲਦੀ ਆ, ਇਹਦੀ ਪੜਤਾਲ ਕਰਾਓ। ਫਿਰ ਸੁਪਰੀਮ ਕੋਰਟ ਨੇ ਜੱਜਾਂ ਦੀ ਕਮੇਟੀ ਬਣਾ ਦਿੱਤੀ, ਪੜਤਾਲ ਹੋਣ ਲੱਗ ਪਈ। ਉਹਨਾਂ 49 ਤੋਂ ਬਾਅਦ ਨਾ ਕੋਈ ਸ਼ਿਕਾਇਤੀ ਮਰਿਆ, ਨਾ ਗਵਾਹ ਮਰਿਆ, ਨਾ ਪੜਤਾਲ ਕਰਨ ਵਾਲਾ ਅਫਸਰ ਮਰਿਆ, ਪੜਤਾਲ ਚੱਲਣ ਲੱਗ ਪਈ। ਪਰ ਪੜਤਾਲ ਕਿਉਂਕਿ ਫਿਰ ਸਰਕਾਰ ਉੱਥੇ ਇਹਨਾਂ ਦੀ ਸੀ, ਇਹਨਾਂ ਨੇ ਘੱਟੇ ਕੋਟੀਆਂ ਰਲਾ ਲਈ, ਇੱਧਰ ਉੱਧਰ ਬੰਦੇ ਫੜ ਕੇ ਉਹਨਾਂ ਦੇ ਕੇਸ ਬਣਾ ਤੇ ਆਪ ਬਚਾਅ ਫਿਰ ਕਰ ਗਏ ਜੀ। ਕਮਾਲ ਦੀ ਗੱਲ ਵੇਖੋ ਕਿ ਇੱਕ ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਨੂੰ, ਜਿਹੜਾ ਕਾਲਜ ਦੀਆਂ ਚੋਣਾਂ ਦਾ ਰਿਟਰਨਿੰਗ ਅਫਸਰ ਸੀ, ਉਹਨੂੰ ਭਾਰਤੀ ਜਨਤਾ ਪਾਰਟੀ ਦੇ ਆਪਣੇ ਸਟੂਡੈਂਟ ਵਿੰਗ ਦੇ ਲੀਡਰਾਂ ਨੇ ਫੜ ਕੇ ਕਾਲਜ ਦੇ ਵਿੱਚ ਕੈਮਰਿਆਂ ਦੇ ਸਾਹਮਣੇ ਕੁੱਟਿਆ। ਉਹ ਡਿੱਗ ਪਿਆ ਜੀ, ਮਰ ਗਿਆ। ਮਰਨ ਤੋਂ ਬਾਅਦ ਉਹਨਾਂ ਦਾ ਕੱਖ ਨਹੀਂ ਵਿਗੜ ਦਿੱਤਾ ਜੀ। ਉਸ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਕੰਮ ਇਹੋ ਜਿਹੇ ਆ ਜਿਨ੍ਹਾਂ ਦਾ ਜਵਾਬ ਦੇਣ ਲੱਗਿਆ, ਜਿਨ੍ਹਾਂ ਬਾਰੇ ਕੋਈ ਦਲੀਲ ਦੇਣ ਲੱਗਿਆ, ਕੇਂਦਰ ਵਿੱਚ ਬੈਠੇ ਭਾਜਪਾ ਲੀਡਰਾਂ ਨੂੰ ਵੀ ਮੁਸ਼ਕਿਲ ਆਉਂਦੀ ਆ ਜੀ। ਹੁਣ ਕਿਉਂਕਿ ਕਾਂਗਰਸ ਪਾਰਟੀ ਨੇ ਸ਼ਿਕਾਇਤ ਕਰਤੀ ਹੈ ਚੋਣ ਕਮਿਸ਼ਨ ਕੋਲ, ਸ਼ਿਕਾਇਤ ਤਾਂ ਵੀ ਅਦਾਲਤ ਵਿੱਚ ਵੀ ਤੁਰੀ ਜਾਂਦੀ ਹੈ ਜੀ, ਪਰ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਕੋਈ ਚਿੰਤਾ ਇਸ ਕਰਕੇ ਨਹੀਂ ਕਿ ਸ਼ਿਕਾਇਤ ਜਿੱਥੇ ਵੀ ਹੋਵੇ ਪੜਤਾਲ ਕੀਤੀ ਜਾਊਗੀ ਨਾ। ਪੜਤਾਲ ਤੋਂ ਪਹਿਲਾਂ ਅਸੀਂ ਆਖਾਂਗੇ ਸਾਨੂੰ ਜਵਾਬ ਦੇਣ ਵਾਸਤੇ ਟਾਈਮ ਦੇ ਦਿਓ ਜੀ, 2 ਮਹੀਨਾ ਮਿਲੇਗਾ ਨਾ, 1 ਤਰੀਕ ਹੋਰ ਲੈ ਲਓ, 4 ਮਹੀਨਾ ਮਿਲੇਗਾ ਨਾ। ਆਹ ਜੂਨ ਆ ਗਈ ਆ, ਦਸੰਬਰ 'ਚ ਚੋਣਾਂ ਨੇ, ਮਹੀਨੇ ਇਹਨਾਂ ਨੂੰ 4 ਚਾਹੀਦੇ ਆ। ਨਵੰਬਰ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਜੀ, ਉਹਦੇ ਤੋਂ ਬਾਅਦ ਨਾ ਚੋਣ ਕਮਿਸ਼ਨ ਦਖਲ ਦੇ ਸਕਦਾ, ਨਾ ਕੋਈ ਅਦਾਲਤ ਦਖਲ ਦੇ ਸਕਦੀ ਹੈ। ਫਿਰ 60 ਲੱਖ ਲੋਕਾਂ ਦੀਆਂ ਵੋਟਾਂ ਵੀ ਮੱਧ ਪ੍ਰਦੇਸ਼ ਦੀ ਸਰਕਾਰ ਆਰਾਮ ਨਾਲ ਪਵਾ ਲੂ। ਇਸ ਸਾਰੇ ਘਾਲੇ ਵਾਲੇ ਦਾ ਕਾਂਗਰਸ ਵਾਲਿਆਂ ਨੂੰ ਪਤਾ ਬਹੁਤ ਲੇਟ ਲੱਗਾ ਜੀ, ਕਿਉਂਕਿ ਲੇਟ ਲੱਗਾ ਇਸ ਕਰਕੇ ਜਾਪਦਾ ਨਹੀਂ ਇਹ 'ਚੋਂ ਕੁਝ ਹੱਲ ਹੋ ਸਕੇ। ਇਹ 60 ਲੱਖ ਵੋਟਾਂ ਜਿਹੜੀਆਂ ਨੇ ਹੁਣ ਤਾਂ ਇਹ ਜਾਪਦਾ ਕਿ ਇਸ ਵਾਰੀ ਪੈ ਜਾਣਗੀਆਂ ਜੀ, ਪਰ ਇਹ ਕਾਂਗਰਸ ਵਾਲਿਆਂ ਦੀ ਹਿੰਮਤ ਆ ਜਿਹੜੇ ਕੱਢ ਕੇ ਜੇ ਚੋਣ ਕਮਿਸ਼ਨ ਤੱਕ ਲੈ ਗਏ ਆ, ਅੱਗੇ ਵੀ ਨਹੀਂ ਜਾ ਸਕਦੇ ਲੈ ਜਾਣ ਜੀ। ਪਤਾ ਨਹੀਂ ਜੇ ਅਦਾਲਤੀ ਚਾਰਾ ਜਿਹੀ ਥੋੜ੍ਹੀ ਜਿਹੀ ਤੇਜ਼ ਹੋ ਗਈ ਅਤੇ ਫਿਰ ਤਾਂ ਕਰਨਾਟਕਾ ਵਾਂਗ ਬੀਜੇਪੀ ਦੀ ਅੱਗੇ ਪਈ ਥਾਲੀ ਵੀ ਚੁੱਕੀ ਜਾ ਸਕਦੀ ਹੈ, ਨਹੀਂ ਤਾਂ ਵੀ ਉਹਨਾਂ ਦੀਆਂ ਚਮਦੀਆਂ ਚਲਾ ਜਾਣਗੀਆਂ। ਪਨੂ ਸਾਹਿਬ, ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂ ਸਾਹਿਬ, ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਵਿਦੇਸ਼ੀ ਦੌਰੇ ਤੇ ਜਾਣ ਵੇਲੇ, ਯਾਨੀ ਕਿ ਜਾਣ ਤੋਂ ਬਾਅਦ ਉਹ ਜਿਹੜੇ ਘੜੇ ਹੋਏ ਸਵਾਲ ਨੇ ਉਹਨਾਂ ਦਾ ਜਵਾਬ ਦਿੰਦੇ ਨੇ, ਸਭ ਕੁਝ ਹਾਸੋਹੀਣ ਹੈ, ਤੁਸੀਂ ਇਸ ਦੇ ਨਾਲ ਕਿੰਨੇ ਕੁ ਸਹਿਮਤ ਹੋ? ਪਹਿਲਾਂ ਤਾਂ ਇਹ ਰਾਜੀਵ ਗਾਂਧੀ ਨੂੰ ਕਹਿੰਦੇ ਹੁੰਦੇ ਸੀ, ਉਹਨੂੰ ਭਾਸ਼ਣ ਦਾ ਕੀ ਪਤਾ ਜੀ, ਲਿਖੇ ਭਾਸ਼ਣ ਪੜ੍ਹਦਾ, ਪਰ ਇਹ ਗੱਲ ਗਲਤ ਸੀਗੀ, ਉਹ ਸਿਆਣਾ ਸੀ। ਫਿਰ ਸੋਨੀਆ ਗਾਂਧੀ ਨੂੰ ਕਹਿੰਦੇ ਸੀ ਉਹ ਕਿਹੜੇ ਲੀਡਰ, ਉਹ ਤਾਂ ਲੀਡਰ ਹੈ, ਹਾਂਜੀ, ਲਿਖਿਆ ਭਾਸ਼ਣ ਪੜ੍ਹਦੀ ਹੈ ਜੀ, ਉਹਨੂੰ ਹਿੰਦੀ 'ਚ ਪੜ੍ਹਨਾ ਪੈਂਦਾ ਸੀ, ਹਿੰਦੀ ਉਹਨੂੰ ਆਉਂਦੀ ਨਹੀਂ ਸੀ, ਲਿਖਾ ਕੇ ਲਿਆਉਂਦੀ ਸੀ, ਠੀਕ ਹੈ। ਫਿਰ ਰਾਹੁਲ ਗਾਂਧੀ ਬਾਰੇ ਇਹੋ ਪ੍ਰਚਾਰ ਚੱਲਦਾ ਰਿਹਾ, ਪ੍ਰਚਾਰ ਕਰਦੇ ਸੀ ਬੀਜੇਪੀ ਵਾਲੇ, ਉਹਨਾਂ ਦਾ ਆਪਣਾ ਭੇਦ ਉਦੋਂ ਖੁੱਲ੍ਹਾ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਨੇ ਜਾ ਕੇ ਪਾਕਿਸਤਾਨ 'ਚ ਮੁਹੰਮਦ ਅਲੀ ਜਿਨ੍ਹਾਂ ਦੀਆਂ ਸਿਫਤਾਂ ਕੀਤੀਆਂ ਜੀ, ਵਾਪਸ ਆਇਆ ਤਾਂ ਰੌਲਾ ਪੈ ਗਿਆ ਅਤੇ ਕਹਿੰਦੇ ਜੀ ਅਡਵਾਨੀ ਦਾ ਕਸੂਰ ਨਹੀਂ, ਉਹਦਾ ਜਿਹੜਾ ਭਾਸ਼ਣ ਰਾਈਟਰ ਸੀ ਉਹਨੇ ਭਾਸ਼ਣ ਹੀ ਇਸ ਤਰ੍ਹਾਂ ਦਾ ਗਲਤ ਲਿਖਤਾ ਸੀ, ਇਹਦਾ ਮਤਲਬ ਅਡਵਾਨੀ ਫਿਰ ਸਿਰਫ ਰੀਡਰ ਹੋ ਗਿਆ। ਹੁਣ ਅੱਜ ਕੱਲ੍ਹ ਇਹ ਦੋਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਲੱਗਦਾ। ਹੁਣ ਜਿਹੜੀ ਗੱਲ ਨੂੰ ਰਾਹੁਲ ਗਾਂਧੀ ਨੇ ਚੁੱਕਿਆ ਜੀ, ਉਹ ਆਪਣੇ ਆਪ 'ਚ ਇੰਟਰਸਟਿੰਗ ਹੈ। ਪਿਛਲਿਆਂ ਦਿਨਾਂ 'ਚ ਦੋਸ਼ ਲੱਗਦਾ ਸੀ ਕਿ ਮੋਦੀ ਸਾਹਿਬ ਜਦੋਂ ਬਾਹਰ ਜਾਂਦੇ ਆ, ਜਦੋਂ ਕਿਸੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਪਬਲਿਕ 'ਚ ਕਰਦੇ ਆ ਜੀ, ਅਤੇ ਬੰਦੇ ਆਪਣੇ ਬਿਠਾਏ ਹੁੰਦੇ ਆ, ਅਤੇ ਇੱਕ ਬੰਦਾ ਸਟੇਟ ਸੈਕਟਰੀ ਹੁੰਦਾ, ਉਹ ਸਿਰਫ ਆਪਣੇ ਗਿਣੇ ਮਿੱਥੇ ਬੰਦਿਆਂ ਤੋਂ ਸਵਾਲਾਂ ਦੇ ਜਵਾਬ ਲੈਂਦਾ, ਅਤੇ ਉਹ ਜਵਾਬ ਸਵਾਲ ਉਹਨਾਂ ਤੋਂ ਲੈਂਦਾ ਅਤੇ ਉਹਦੇ ਜਵਾਬ ਪਹਿਲਾਂ ਤਿਆਰ ਕੀਤੇ ਹੁੰਦੇ ਆ, ਅਸੀਂ ਉਹਨੂੰ ਮੰਨਦੇ ਨਹੀਂ ਸੀ। ਹੁਣ ਸਿੰਗਾਪੁਰ 'ਚ ਇੱਕ ਗੱਲ ਹੋ ਗਈ ਹੈ ਜਿਹਨੂੰ ਰਾਹੁਲ ਗਾਂਧੀ ਚੁੱਕ ਰਿਹਾ ਜੀ, ਉਹ ਇਹ ਕਿ ਸਾਹਮਣੇ ਬੈਠੇ ਬੰਦਿਆਂ 'ਚੋਂ ਇੱਕ ਬੰਦੇ ਨੇ ਸਵਾਲ ਪੁੱਛਿਆ ਪ੍ਰਧਾਨ ਮੰਤਰੀ ਮੋਦੀ ਨੂੰ, ਅਤੇ ਮੋਦੀ ਨੇ ਉਹਦਾ ਜਵਾਬ ਦੇ ਦਿੱਤਾ। ਹੁਣ ਉੱਥੋਂ ਦੇ ਲੋਕਾਂ ਨੂੰ ਤਾਂ ਹਿੰਦੀ ਆਉਂਦੀ ਨਹੀਂ, ਮੋਦੀ ਹਿੰਦੀ 'ਚ ਬੋਲੇ ਜੀ, ਲਾਗੇ ਬੈਠਾ ਟਰਾਂਸਲੇਟਰ ਉਹਨੇ ਇੱਕ ਕਾਗਜ਼ ਫੜਿਆ, ਉਹਦੇ ਤੋਂ ਟਰਾਂਸਲੇਟ ਕੀਤਾ ਜਿਹੜਾ ਜਵਾਬ ਸੀ ਉਹ ਪੜ੍ਹਤਾ। ਰਾਹੁਲ ਗਾਂਧੀ ਕਹਿੰਦਾ ਕਿ ਸਵਾਲ ਹੋਣ ਤੋਂ ਪਹਿਲਾਂ ਇਹਨਾਂ ਨੂੰ ਕਿੱਦਾਂ ਪਤਾ ਸੀ ਕਿ ਆਹ ਸਵਾਲ ਹੋਣਾ ਅਤੇ ਮੈਂ ਉਹਦਾ ਜਵਾਬ ਦੇਣਾ, ਉਹਦੀ ਟਰਾਂਸਲੇਸ਼ਨ ਪਹਿਲਾਂ ਤਿਆਰ ਕਿੱਦਾਂ ਕਰਕੇ ਰੱਖ ਲਈ? ਇਹਦਾ ਮਤਲਬ ਸਾਫ਼ ਹੈ ਕਿ ਬੰਦੇ ਸਾਹਮਣੇ ਬਿਠਾਏ ਆ ਜੀ, ਉਹਨਾਂ ਤੋਂ ਦੱਸਿਆ ਸਵਾਲ ਪੁਛਾਉਂਦੇ ਆ ਜੀ, ਪਹਿਲਾਂ ਤੈਅ ਕੀਤਾ ਜਵਾਬ ਦਿੰਦੇ ਆ, ਅਤੇ ਉਹਦੀ ਟਰਾਂਸਲੇਸ਼ਨ ਪਹਿਲਾਂ ਤਿਆਰ ਕੇ ਰੱਖੀ ਹੁੰਦੀ ਆ ਵੀ ਤੂੰ ਆਹ ਪੜ੍ਹ ਦੇ। ਇਹ ਉਹ ਮਜ਼ਾਕ ਉਡਾਉਂਦਾ, ਪਤਾ ਨਹੀਂ ਸੱਚ ਆ ਝੂਠ ਆ, ਪਰ ਮਸਲਾ ਇੰਟਰਸਟਿੰਗ ਹੈ ਜੀ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ। ਪਨੂ ਸਾਹਿਬ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਰੇ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਆਪਣੇ ਖਿਲਾਫ ਆਏ ਫੈਸਲੇ ਦੇ ਲਈ ਖੁਦ ਨੂੰ ਖੁਦ ਮਾਫ਼ ਕਰਨ ਦੇ ਲਈ ਇੱਕ ਕਾਨੂੰਨ ਬਣਾ ਲਿਆ, ਇਸ ਪੂਰੀ ਗੱਲਬਾਤ ਦੇ ਵਿੱਚ ਕਿੰਨੀ ਕੁ ਸੱਚਾਈ ਜਾਪਦੀ ਹੈ? ਦੇਖੋ ਮਨਪ੍ਰੀਤ ਜੀ, ਇਹ ਪ੍ਰਚਾਰ ਚੱਲਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਨੂੰਨ ਦੇ ਵਿੱਚ ਇਹ ਸੋਧ ਕਰ ਲਈ ਹੈ ਜੀ ਕਿ ਜੇ ਮੇਰੇ ਖਿਲਾਫ਼ ਕਿਸੇ ਕਿਸਮ ਦਾ ਫੈਸਲਾ
ਰਾਸ਼ਟਰਪਤੀ ਚੋਣ 'ਚ ਰੂਸ ਦੇ ਦਖਲ ਦੇ ਮਾਮਲੇ 'ਚ ਆਉਂਦਾ ਜੀ, ਅਤੇ ਮੈਂ ਕਿਉਂਕਿ ਰਾਸ਼ਟਰਪਤੀ ਵੀ ਹਾਂ ਅਤੇ ਮੈਂ ਅਮਰੀਕਨ ਸਿਟੀਜ਼ਨ ਵੀ ਹਾਂ ਜੀ, ਰਾਸ਼ਟਰਪਤੀ ਡੋਨਲਡ ਟਰੰਪ ਸਿਟੀਜ਼ਨ ਡੋਨਲਡ ਟਰੰਪ ਨੂੰ ਮਾਫ਼ ਕਰ ਸਕਦਾ, ਇਸ ਕਰਕੇ ਮੈਂ ਆਪਣੇ ਆਪ ਨੂੰ ਮਾਫ਼ ਕਰ ਲੂੰਗਾ। ਇਹਦੇ ਉੱਤੇ ਫਿਰ ਪਿਛਲੇ ਐਤਵਾਰ ਡੋਨਲਡ ਟਰੰਪ ਦੇ ਵਕੀਲ ਨੇ ਆਖਿਆ, ਕਹਿੰਦਾ ਜੀ ਇਹ ਗੱਲ ਸੱਚੀ ਹੈ ਕਿ ਅਮਰੀਕਾ 'ਚ ਕਾਨੂੰਨ ਹੈ ਜੀ ਕਿ ਰਾਸ਼ਟਰਪਤੀ ਚਾਹਵੇ ਅਤੇ ਉਹਦੇ ਖਿਲਾਫ਼ ਕੋਈ ਫੈਸਲਾ ਆਇਆ ਹੋਵੇ ਕੋਈ ਵੀ, ਅਤੇ ਉਸ ਫੈਸਲੇ ਨੂੰ ਰੱਦ ਕਰਕੇ ਆਪਣੇ ਆਪ ਨੂੰ ਆਪੇ ਮਾਫ਼ ਕਰ ਸਕਦਾ। ਪਰ ਇਹ ਕਾਨੂੰਨ ਡੋਨਲਡ ਟਰੰਪ ਨੇ ਨਹੀਂ ਬਣਾਇਆ, ਇਹ ਕਾਨੂੰਨ ਬਹੁਤ ਦੇਰ ਪਹਿਲਾਂ ਦਾ, ਬਹੁਤ ਚਿਰਾਂ ਦਾ, ਪਤਾ ਹੀ ਨਹੀਂ ਕਦੋਂ ਕਦੋਂ ਚੱਲਦਾ। ਇਸ ਮਸਲੇ ਨੂੰ ਲੈ ਕੇ ਉੱਥੇ ਇੱਕ ਭਾਰਤੀ ਮੂਲ ਦਾ ਵਕੀਲ ਹੈ ਪ੍ਰੀਤ ਪਰਾਰਾ ਜੀ, ਬੜਾ ਚਰਚਿਤ ਰਿਹਾ, ਭਾਰਤੀਆਂ ਦੇ ਖਿਲਾਫ਼ ਵੀ ਉਹਦੇ ਕਈ ਕਿਸਮ ਦੀ ਚਰਚਾ ਚੱਲਦੀ ਰਹੀ ਜੀ। ਉਹਨੂੰ ਡੋਨਲਡ ਟਰੰਪ ਨੇ ਪਿਛਲੇ ਸਾਲ ਅਹੁਦੇ ਤੋਂ ਲਾ ਦਿੱਤਾ ਸੀ ਜੀ। ਉਹਨੂੰ ਪੁੱਛਿਆ ਗਿਆ, ਉਹਨੇ ਆਖਿਆ ਜੀ ਹਾਂ ਇਹ ਹੈਗਾ ਹੀ ਹੈ ਕਿ ਡੋਨਲਡ ਟਰੰਪ ਦੇ ਕੋਲ ਰਾਸ਼ਟਰਪਤੀ ਦੇ ਤੌਰ 'ਤੇ ਅਧਿਕਾਰ ਹੈ ਜੀ ਕਿ ਸਿਟੀਜ਼ਨ ਡੋਨਲਡ ਟਰੰਪ ਨੂੰ ਉਹ ਮਾਫ਼ ਕਰ ਸਕਦਾ, ਇਸ ਕਰਕੇ ਉਹ ਆਪਣੇ ਆਪ ਨੂੰ ਆਪੇ ਮਾਫ਼ ਕਰ ਸਕਦਾ। ਅਤੇ ਮੁਕੱਦਮਾ ਚੱਲਦਾ ਪਿਆ, ਕੀ ਪਤਾ ਕੱਲ੍ਹ ਨੂੰ ਕੀ ਹੋਣਾ। ਫਿਰ ਡੋਨਲਡ ਟਰੰਪ ਆਪ ਬੋਲਿਆ, ਉਹਨੇ ਕਿਹਾ ਮੇਰੇ ਵਕੀਲ ਨੇ ਜੋ ਜਵਾਬ ਦਿੱਤਾ ਉਹ ਤੋਂ ਬਾਅਦ ਮੇਰੀ ਲੋੜ ਨਹੀਂ ਸੀ ਜੀ। ਹੁਣ ਮੈਂ ਦੱਸਣਾ ਇਹ ਚਾਹੁੰਦਾ ਕਿ ਸੱਚੀ ਗੱਲ ਹੈ ਕਿ ਮੇਰੇ ਖਿਲਾਫ਼ ਫੈਸਲਾ ਆਵੇ ਤਾਂ ਮੈਂ ਆਪਣੇ ਆਪ ਨੂੰ ਆਪੇ ਮਾਫ਼ ਕਰ ਸਕਦਾ, ਪਰ ਉਹ ਕਾਨੂੰਨ ਮੈਂ ਨਹੀਂ ਬਣਾਇਆ ਮੇਰੇ ਤੋਂ ਪਹਿਲਾਂ ਦਾ। ਅਤੇ ਦੂਜੀ ਗੱਲ, ਇਕੱਲਾ ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਮਾਫ਼ ਕਰ ਸਕਦਾ, ਮੇਰੇ ਕੋਲ ਰਾਸ਼ਟਰਪਤੀ ਦੇ ਤੌਰ 'ਤੇ ਇਹ ਵੀ ਅਧਿਕਾਰ ਹੈ ਕਿ ਜੇ ਮੇਰੀ ਕੋਈ ਪੜਤਾਲ ਚੱਲਦੀ ਹੋਵੇ ਤਾਂ ਮੈਂ ਰਾਸ਼ਟਰਪਤੀ ਦੇ ਹੁਕਮ ਨਾਲ ਉਹ ਪੜਤਾਲ ਵੀ ਕਰਨ ਤੋਂ ਰੋਕ ਸਕਦਾ। ਯਾਨੀ ਜਿਹੜੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੇ ਦਖਲ ਵਾਲੀ ਪੜਤਾਲ ਮੇਰੇ ਖਿਲਾਫ਼ ਚੱਲਦੀ ਪਈ ਹੈ, ਕਹਿੰਦਾ 14-15 ਡੈਮੋਕਰੇਟ ਮੇਰੇ ਖਿਲਾਫ਼ ਇੱਕ ਗਰੁੱਪ ਬਣਾ ਕੇ ਅਤੇ ਪੜਤਾਲ ਕਰਦੇ ਪਏ, ਜੇ ਮੈਂ ਚਾਹੁੰਦਾ ਤਾਂ ਪਹਿਲੇ ਦਿਨ ਹੀ ਰਾਸ਼ਟਰਪਤੀ ਦੇ ਤੌਰ 'ਤੇ ਆਰਡਰ ਜਾਰੀ ਕਰਕੇ ਰੋਕ ਸਕਦਾ ਸੀ ਜੀ, ਅਤੇ ਮੈਂ ਰੋਕਿਆ ਨਹੀਂ। ਮੈਂ ਰੋਕਾਂ ਕਿਉਂ? ਕਿਉਂਕਿ ਮੈਨੂੰ ਪਤਾ ਮੈਂ ਕੁਝ ਨਹੀਂ ਗਲਤ ਕੀਤਾ, ਕਰੀ ਜਾਓ ਪੜਤਾਲ ਕੱਢ ਲੋਕੀ ਕਰਦਾ। ਕਹਿੰਦਾ ਜੇ ਮੈਂ ਹੁਣ ਤੱਕ ਪੜਤਾਲ ਹੁੰਦੀ ਨਹੀਂ ਰੋਕੀ ਅਤੇ ਕੱਲ੍ਹ ਨੂੰ ਮੇਰੇ ਖਿਲਾਫ਼ ਫੈਸਲਾ ਵੀ ਆ ਗਿਆ ਅਤੇ ਉਸ ਫੈਸਲੇ 'ਚ ਮੈਂ ਆਪਣੇ ਆਪ ਨੂੰ ਆਪੇ ਮਾਫ਼ ਕਰੂੰਗਾ, ਇਹ ਐਵੇਂ ਪਹਿਲਾਂ ਅੰਦਾਜ਼ੇ ਲਾਉਣ ਦਾ ਕੀ ਫਾਇਦਾ? ਕਹਿੰਦਾ ਨਾ ਮੈਂ ਕਾਨੂੰਨ ਬਣਾਇਆ ਜੀ, ਨਾ ਮੈਂ ਮਾਫ਼ ਕਰ ਰਿਹਾ। ਵੈਸੇ ਇਹ ਮੰਨਣਾ ਚਾਹੀਦਾ ਕਿ ਓਲਡ ਮੈਨ ਹੈ, ਕਾਫ਼ੀ ਸਮਾਰਟ ਹੈ, ਇਹੋ ਜਿਹੀ ਗੱਲ ਦੇ ਉੱਤੇ ਨੁਕਤਾ ਇੱਦਾਂ ਦਾ ਕੱਢ ਕੇ ਲਿਆਉਂਦਾ ਕਿ ਦੂਜੇ ਸਾਰਿਆਂ ਨੂੰ ਚੁੱਪ ਕਰਾ ਦਿੰਦਾ। ਹੁਣ ਇਹ ਕਿ ਕਾਨੂੰਨ ਮੈਂ ਨਹੀਂ ਬਣਾਇਆ ਪਹਿਲਾਂ ਦਾ, ਅਤੇ ਦੂਜਾ ਇਹ ਕਿ ਮੇਰੇ ਖਿਲਾਫ਼ ਫੈਸਲਾ ਹੈ ਤਾਂ ਉਹ ਮਾਫ਼ ਕਰਨਾ, ਮੇਰੇ ਕੋਲ ਤਾਂ ਅਧਿਕਾਰ ਹੈ, ਮੈਂ ਪੜਤਾਲ ਹੁੰਦੀ ਵੀ ਰੋਕ ਸਕਦਾ, ਮੈਂ ਤਾਂ ਰੋਕੀ ਨਹੀਂ, ਜਾਓ ਜੋ ਕਰਨਾ ਕਰੀ ਜਾਓ, ਇਹਦੇ ਨਾਲ ਉਹਨੇ ਸਾਰਿਆਂ ਨੂੰ ਚੁੱਪ ਕਰਾ ਜੀ। ਵੈਸੇ ਪੰਨੂ ਸਾਹਿਬ, ਡੋਨਾਲਡ ਟਰੰਪ ਬੜੀ ਅੱਛੀ ਗੇਮ ਪਲੇ ਕਰ ਗਿਆ ਇਸ ਮੌਕੇ ਦੇ ਉੱਤੇ, ਬੜੀ ਤੇਜ਼ੀ ਨਾਲ ਜੀ। ਪੰਨੂ ਸਾਹਿਬ, ਸਾਡੇ ਪ੍ਰੋਗਰਾਮ ਦਾ ਆਖਰੀ ਸਵਾਲ ਸੀ, ਹੁਣ ਅਸੀਂ ਦਰਸ਼ਕਾਂ ਕੋਲੋਂ ਇਜਾਜ਼ਤ ਲਵਾਂਗੇ। ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ। ਮੈਨੂੰ ਮਨਪ੍ਰੀਤ, ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।